ਖੰਨਾ ਪ੍ਰਸ਼ਾਸਨ ਦੇ ਵੱਲੋਂ ਸਾਂਝੇ ਤੌਰ ਤੇ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ। ਲੰਬੇ ਸਮੇਂ ਦੀ ਚੁੱਪੀ ਤੋਂ ਬਾਅਦ ਆਖਿਰਕਾਰ ਪ੍ਰਸ਼ਾਸਨ ਹੁਣ ਕੁਝ ਬੋਲਿਆ ਹੈ। ਜਿਕਰ ਖਾਸ ਹੈ ਕਿ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਉਸ ਵਿੱਚ ਖੰਨਾ ਦੇ ADC ਜਸਪਾਲ ਸਿੰਘ, SDM ਸੰਦੀਪ ਸਿੰਘ ਸਮੇਤ ਖੰਨਾ ਦੇ DSP ਅਤੇ ਕਈ ਹੋਰ ਵੀ ਅਧਿਕਾਰੀ ਸ਼ਾਮਲ ਸਨ। ਇਸ ਦੌਰਾਨ ADC ਜਸਪਾਲ ਸਿੰਘ ਦਾ ਕਹਿਣਾ ਸੀ ਕਿ ਖੰਨਾ ਦੀ ਜਨਤਾ ਨੂੰ ਜਲਦ ਹੀ ਸਰਕਾਰ ਦੇ ਵੱਲੋਂ ਜਿਹੜਾ ਰਾਸ਼ਨ ਦਿੱਤਾ ਜਾ ਰਿਹਾ ਹੈ ਉਹ ਮੁਹੱਈਆ ਕਰਵਾਇਆ ਜਾਵੇਗਾ। ਉੱਥੇ ਦੱਸਣਯੋਗ ਹੈ ਕਿ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਦੇ ਨਾਲ ਵੀ ਜ਼ਰੂਰਤਮੰਦਾਂ ਨੂੰ ਖਾਣਾ ਖਵਾਇਆ ਜਾ ਰਿਹਾ ਹੈ। ਉਹਨਾਂ ਦਾ ਕਹਿਣਾ ਸੀ ਕਿ ਕੋਈ ਵੀ ਵਿਅਕਤੀ ਖਾਲੀ ਢਿੱਡ ਨਹੀਂ ਸੋਵੇਗਾ। ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਆ ਇਹ ਕਿ ਬਹੁਤ ਜ਼ਰੂਰੀ ਇੱਕ ਵਿਸ਼ਾ ਜਿਹੜਾ ਪੂਰੇ ਵਿਸ਼ਵ ਦੇ ਵਿੱਚ ਚੱਲ ਰਿਹਾ ਇਸ ਵੇਲੇ ਕੋਰੋਨਾ ਵਾਇਰਸ ਦੀ ਮਹਾਂਮਾਰੀ ਜਿਹੜੀ ਹੈਗੀ ਉਹਦੇ ਨਾਲ ਸਾਰਾ ਵਿਸ਼ਵ ਜਿਹੜਾ ਜੂਝ ਰਿਹਾ। ਸੋ ਇਸ ਕੰਟੈਕਸਟ ਦੇ ਵਿੱਚ ਪੰਜਾਬ ਦੇ ਵਿੱਚ ਵੀ ਪੰਜਾਬ ਸਰਕਾਰ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਸਾਡੇ ਜਿੰਨੇ ਵੀ ਲੋਕ ਨੇ, ਪੰਜਾਬ ਵਾਸੀ ਨੇ, ਉਹਨਾਂ ਨੂੰ ਹਰੇਕ ਪੱਖ ਤੋਂ ਬਚਾਉਣ ਵਾਸਤੇ ਉਪਰਾਲੇ ਕੀਤੇ ਜਾਣ। ਤੋ ਸਰਕਾਰ ਡਾਇਰੈਕਸ਼ਨਾਂ ਵੀ ਦੇ ਰਹੀ ਹੈ ਵਾਰੀ ਵਾਰੀ। ਤੋ ਪੂਰੇ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਕੋਰੋਨਾ ਵਾਇਰਸ ਨਾਲ ਲੜਨ ਵਾਸਤੇ DC ਸਾਹਿਬ ਵੱਲੋਂ, ਸ਼੍ਰੀ ਪ੍ਰਦੀਪ ਅਗਰਵਾਲ ਜੀ ਵੱਲੋਂ ਪੂਰੇ ਯਤਨ ਕੀਤੇ ਜਾ ਰਹੇ ਨੇ। ਉਹ ਸਾਰੇ ਪ੍ਰਬੰਧ ਜਿਹੜੇ ਆ ਉਹ ਮੁਕੰਮਲ ਕੀਤੇ ਜਾ ਚੁੱਕੇ ਨੇ। ਇਸੇ ਤਰ੍ਹਾਂ ਪੁਲਿਸ ਡਿਸਟ੍ਰਿਕਟ ਖੰਨਾ ਦੇ ਵਿੱਚ ਸਾਡੇ SDM ਸਾਹਿਬ ਔਰ ਪੁਲਿਸ ਪ੍ਰਸ਼ਾਸਨ ਵੱਲੋਂ, ਇਹ ਸਾਡੇ ਕੋਲ ਇੱਥੇ DSP ਸਾਹਿਬ, ਜਿਹੜੇ ਸਬ ਡਿਵੀਜ਼ਨ ਦੇ DSP ਨੇ, ਇਹ ਇੱਥੇ ਆਏ ਹੋਏ ਨੇ। ਔਰ ਪੁਲਿਸ ਵਿਭਾਗ ਵੱਲੋਂ ਵੀ ਪੂਰੇ ਤੌਰ 'ਤੇ ਯਤਨ ਕੀਤੇ ਜਾ ਰਹੇ ਨੇ ਕਿ ਲੋਕਾਂ ਨੂੰ ਸੁਚੇਤ ਕੀਤਾ ਜਾਵੇ ਔਰ ਜਿਹੜਾ ਲੋਕਡਾਊਨ ਆ 14 ਅਪ੍ਰੈਲ ਤੱਕ ਉਹਨੂੰ ਪੂਰਨ ਤੌਰ 'ਤੇ ਲਾਗੂ ਕਰਵਾਇਆ ਜਾਵੇ। ਇਸ ਕੰਟੈਕਸਟ ਦੇ ਵਿੱਚ ਪੁਲਿਸ ਵਿਭਾਗ ਨੇ ਕੱਲ੍ਹ ਫਲੈਗ ਮਾਰਚ ਵੀ ਕੀਤਾ ਹੈਗਾ ਔਰ ਫਲੈਗ ਮਾਰਚ ਦਾ ਜਿਹੜਾ ਉਹ ਪੂਰਾ ਅਸਰ ਆ, ਲੋਕ ਜਿਹੜੇ ਆ ਇਸ ਗੱਲ ਤੋਂ ਹੁਣ ਸੁਚੇਤ ਹੋ ਚੁੱਕੇ ਆ ਵੀ ਜੇ ਅਸੀਂ ਘਰਾਂ 'ਚੋਂ ਬਾਹਰ ਆਵਾਂਗੇ ਅਤੇ ਇਹ ਜਿਹੜੀ ਮਹਾਂਮਾਰੀ ਆ ਕਿਤੇ ਅਸੀਂ ਇਸ ਚੀਜ਼ ਦਾ ਸ਼ਿਕਾਰ ਨਾ ਹੋ ਜਾਈਏ। ਤੋ ਮੈਂਟਲੀ ਤੌਰ 'ਤੇ, ਯਾਨੀ ਮਾਨਸਿਕ ਤੌਰ 'ਤੇ ਲੋਕਾਂ ਨੂੰ ਸੁਚੇਤ ਹੋਣ ਦੀ ਲੋੜ ਆ। ਤੋ ਇਸ ਪ੍ਰੈਸ ਕਾਨਫਰੰਸ ਰਾਹੀਂ ਮੈਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਇਸ ਮੀਡੀਆ ਰਾਹੀਂ ਅਤੇ ਉਹ ਪ੍ਰਸ਼ਾਸਨ ਦਾ ਸਾਥ ਦੇਣ, ਪੰਜਾਬ ਸਰਕਾਰ ਦਾ ਸਾਥ ਦੇਣ ਤਾਂ ਕਿ ਉਹਨਾਂ ਦੀਆਂ ਜਾਨਾਂ ਬਚ ਸਕਣ। ਪ੍ਰਸ਼ਾਸਨ ਵੱਲੋਂ ਜਿਹੜੇ ਗਰੀਬ ਲੋਕ ਨੇ ਉਹਨਾਂ ਨੂੰ ਸੁੱਕਾ ਰਾਸ਼ਨ ਜਿਹੜਾ ਉਹ ਮੁਹੱਈਆ ਕਰਵਾਇਆ ਜਾ ਰਿਹਾ। ਇਸ ਤੋਂ ਇਲਾਵਾ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਨੇ, ਆ ਮੇਰੇ ਕੋਲ ਲਿਸਟ ਆ, ਖਾਸ ਤੌਰ 'ਤੇ ਰਾਧਾ ਸਵਾਮੀ ਸਤਸੰਗ ਭਵਨ, ਇਹਨਾਂ ਵੱਲੋਂ 10 ਸੰਸਥਾਵਾਂ ਨੇ ਜਿਹੜੀਆਂ ਪੱਕਿਆ ਪਕਾਇਆ ਖਾਣਾ ਜਿਹੜਾ ਲੋਕਾਂ ਨੂੰ ਮੁਹੱਈਆ ਕਰਵਾ ਰਹੀਆਂ ਨੇ। ਔਰ ਖੰਨਾ ਪੁਲਿਸ ਡਿਸਟ੍ਰਿਕਟ ਦੇ ਵਿੱਚ ਕੋਈ ਵੀ ਅਜਿਹਾ ਵਿਅਕਤੀ ਨਹੀਂ ਜਿਹੜਾ ਰਾਤ ਨੂੰ ਭੁੱਖਾ ਸੌਂਦਾ ਹੋਵੇ। ਤੋ ਇਹ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਨੇ, ਮੈਂ ਇਹਨਾਂ ਦੀ ਸਰਾਹਨਾ ਕਰਦਾ, ਇਹਨਾਂ ਦੀ ਪ੍ਰਸ਼ੰਸਾ ਕਰਦਾ ਕਿ ਇਸ ਔਖੇ ਸਮੇਂ ਦੇ ਵਿੱਚ ਉਹ ਲੋਕ ਭਲਾਈ ਦੇ ਕੰਮਾਂ ਦੇ ਵਿੱਚ ਜੁਟੇ ਹੋਏ ਨੇ। DSP ਸਾਹਿਬ ਮੇਰੇ ਕੋਲ ਨੇ, ਇਹਨਾਂ ਦੀ ਦਾ ਪੂਰਾ ਪ੍ਰਸ਼ਾਸਨ ਜਿਹੜਾ, ਪੁਲਿਸ ਪ੍ਰਸ਼ਾਸਨ ਜਿਹੜਾ, ਪੁਲਿਸ ਫੋਰਸ ਜਿਹੜੀ ਆ ਉਹ ਇਸ ਕਾਰਜ 'ਤੇ ਲੱਗੀ ਹੋਈ ਆ ਕਿ ਲੋਕਾਂ ਨੂੰ ਅਨੁਸ਼ਾਸਿਤ ਕੀਤਾ ਜਾਵੇ, ਉਹ ਘਰਾਂ 'ਚੋਂ ਬਾਹਰ ਨਾ ਨਿਕਲਣ। ਔਰ ਪਹਿਲਾਂ 1-2 ਜਿਹੜੀਆਂ ਘਟਨਾਵਾਂ ਹੋਈਆਂ ਸੀਗੀਆਂ ਉਹਦੇ ਵਿੱਚ ਉਹ ਲਾਠੀਚਾਰਜ ਵੀ ਇਹਨਾਂ ਨੇ ਕੀਤਾ ਸੀਗਾ, ਪਰ ਹੁਣ CM ਸਾਹਿਬ ਦੀ ਡਾਇਰੈਕਸ਼ਨ ਆ ਚੁੱਕੀ ਆ ਔਰ DGP ਸਾਹਿਬ ਨੇ ਵੀ ਕਿਹਾ, DC ਸਾਹਿਬ ਨੇ ਵੀ ਕਿਹਾ ਵੀ ਪਿਆਰ ਦੇ ਨਾਲ ਜਿਹੜੇ ਲੋਕ ਆ ਉਹਨਾਂ ਨੂੰ ਸਮਝਾਇਆ ਜਾਵੇ ਔਰ ਇਹ ਪਿਆਰ ਦੇ ਨਾਲ ਲੋਕਾਂ ਨੂੰ ਸਮਝਾ ਕੇ ਲੋਕਾਂ ਨੂੰ ਘਰਾਂ ਦੇ ਅੰਦਰ ਰੱਖਿਆ ਜਾ ਰਿਹਾ। ਜਿਹੜੀਆਂ ਜ਼ਰੂਰੀ ਵਸਤਾਂ ਨੇ ਜਿਵੇਂ ਕੋਈ ਸਬਜ਼ੀ ਆ, ਫਰੂਟ ਹੈ, ਕੋਈ ਰਾਸ਼ਨ ਹੈ, ਦੁੱਧ ਆ, ਜਾਂ ਕੈਮਿਸਟਾਂ ਦੀਆਂ ਦੁਕਾਨਾਂ ਨੇ, ਉਹ ਅਸੀਂ ਪ੍ਰੋਪਰਲੀ ਟਾਈਮਿੰਗ ਦੇ ਜਿਹੜਾ ਟਾਈਮ ਨਿਸ਼ਚਿਤ ਹੈ ਉਸ ਟਾਈਮ ਦੇ ਵਿੱਚ ਖੁੱਲ੍ਹ ਰਹੀਆਂ ਨੇ। ਔਰ ਮੋਸਟਲੀ ਉਹਨਾਂ ਦੇ ਜਿਹੜੇ ਘਰੋਂ ਔਡਰ ਕਰਦੇ ਨੇ ਇਹਨਾਂ ਦੁਕਾਨਦਾਰਾਂ ਨੂੰ ਜਾਂ ਸਬਜ਼ੀ ਵਿਕਰੇਤਾ ਨੂੰ, ਫਲ ਵਿਕਰੇਤਾ ਜਿਹੜੇ ਹੈਗੇ ਨੇ ਉਹਨਾਂ ਨੂੰ, ਔਰ ਘਰੋਂ ਘਰ ਜਿਹੜਾ ਇਹ ਸਮਾਨ ਹੈ ਉਹਨਾਂ ਦੇ ਪਹੁੰਚਾਇਆ ਜਾ ਰਿਹਾ ਤਾਂ ਕਿ ਇਹ ਬਿਮਾਰੀ ਜਿਹੜੀ ਆ ਇਸ ਤੋਂ ਥੋੜ੍ਹਾ ਜਿਹਾ ਦੂਰੀ ਰੱਖੀ ਜਾ ਸਕੇ ਔਰ ਇਸ ਬਿਮਾਰੀ ਤੋਂ ਬਚਿਆ ਜਾ ਸਕੇ। ਅਤੇ ਸਰ, ਅੱਜ ਦੇ ਦੇਖਣਾ ਪੈ ਜਾ ਰਿਹਾ ਜਿਹੜੀ ਦਾਲਾਂ ਵਗੈਰਾ ਨੇ ਉਹ ਕਈ ਉਹਦੇ ਰੇਟ ਜਿਹੜੇ ਵਧੇ ਹੋਏ ਨੇ ਉਹਦੇ 'ਤੇ ਕੰਟਰੋਲ ਕਰਨ ਲਈ ਕੁਛ ਜਾਰੀ ਕੀਤੀ ਐਡਵਾਈਜ਼ਰੀ? ਦਾਲਾਂ ਦੇ ਕੰਟਰੋਲ ਕਰਨ ਵਾਸਤੇ ਕਿ ਹਰੇਕ ਚੀਜ਼ ਜਿਹੜੀ ਆ ਉਹਨੂੰ ਕੰਟਰੋਲ ਰੋਡ 'ਤੇ ਵੇਚਣ ਵਾਸਤੇ ਅਸੀਂ ਫੂਡ ਸਪਲਾਈ ਦਾ ਜਿਹੜਾ ਮਹਿਕਮਾ ਹੈਗਾ ਉਹਨਾਂ ਨੂੰ ਡਾਇਰੈਕਸ਼ਨਾਂ ਜਾਰੀ ਕੀਤੀਆਂ ਨੇ ਔਰ ਮੈਂ ਕੱਲ੍ਹ ਵੀ ਫੂਡ ਸਪਲਾਈ ਮਹਿਕਮੇ ਦੇ ਇੰਸਪੈਕਟਰਾਂ ਨੂੰ ਹਦਾਇਤ ਕੀਤੀ ਸੀ ਵੀ ਆਪਣਾ ਜਿਹੜਾ ਇੱਧਰ ਲਾਈਨ ਬਾਜ਼ਾਰ ਆ ਉਸ ਖੇਤਰ ਦੇ ਵਿੱਚ ਮੈਨੂੰ ਪਤਾ ਲੱਗਾ ਸੀ ਵੀ ਉਹ ਕੁਝ ਚੀਜ਼ਾਂ ਜਿਹੜੀਆਂ ਉਹ ਥੋੜ੍ਹੀਆਂ ਜਿਹੀਆਂ ਜਿਹੜਾ ਨਿਰਧਾਰਿਤ ਭਾਅ ਆ ਉਸ ਤੋਂ ਵੱਧ 'ਤੇ ਵੇਚੀਆਂ ਜਾ ਰਹੀਆਂ ਔਰ ਉਹਨਾਂ ਦੀ ਚੈਕਿੰਗ ਕੀਤੀ ਜਾਵੇ, ਉਹ ਚੈਕਿੰਗ ਕਰ ਰਹੇ।
ਸਰ ਉੱਥੇ ਜਿਹੜੇ ਦੁਕਾਨਦਾਰ ਨੇ ਹੋਲਸੇਲ ਜਿਹਨਾਂ ਨੂੰ ਲਾਇਸੈਂਸ ਦਿੱਤਾ ਗਿਆ ਉਹਨਾਂ ਦਾ ਇਹ ਕਹਿਣਾ ਕਿ ਉਹਦੇ ਦੋ ਬੜੇ ਬਿਗ ਜਿਹੜੇ ਹੋਲਸੇਲਰ ਨੇ ਉਹਨਾਂ ਵੱਲੋਂ ਹੀ ਰੇਟ ਵਧਾਇਆ ਜਾ ਰਿਹਾ ਜਿਵੇਂ 85 ਰੁਪਏ ਕਿਲੋ ਦਾਲ ਸੀ ਜਿਹੜੀ ਜੀ ਮੂੰਗੀ ਦੀ ਜਾਂ ਹੋਰ ਸੀਗਾ ਅੱਜ ਉਹਦੀ ਕੀਮਤ ਜਿਹੜੀ ਹੋਲਸੇਲ ਰੇਟ ਵੇਚੀ ਜਾ ਰਹੀ ਹੈ 115 ਤੋਂ ਲੈ ਕੇ 120 ਰੁਪਏ ਤੱਕ ਹੈ ਜੀ ਉਹਨਾਂ ਦਾ ਕਹਿਣਾ ਕਿ ਦੁਕਾਨਦਾਰ ਪਿੱਛੋਂ ਜਿਹੜੇ ਵੱਡੇ ਦੋ ਹੋਲਸੇਲਰ ਨੇ ਉਹਨਾਂ ਵੱਲੋਂ ਹੀ ਇਹ ਜਿਹੜਾ ਮਹਿੰਗਾ ਰਿਹਾ ਨਹੀਂ ਇਸ ਕੰਟੈਕਸਟ ਦੇ ਵਿੱਚ ਅਸੀਂ ਫੂਡ ਸਪਲਾਈ ਦਾ ਮਹਿਕਮਾ ਜਿਹੜਾ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਹੋਈ ਆ ਉਹ ਪਿੱਛੋਂ ਮਹਿੰਗਾ ਆ ਰਿਹਾ ਇਸ ਕੰਟੈਕਸਟ ਦੇ ਵਿੱਚ ਉਹਨਾਂ ਨੂੰ ਪੂਰਾ ਗਿਆਨ ਆ ਜੇ ਪਿੱਛੋਂ ਮਹਿੰਗਾ ਆ ਰਿਹਾ ਉਹਨਾਂ ਨੂੰ ਅਤੇ ਉਹ ਅੱਗੇ ਉਸ ਢੰਗ ਦੇ ਨਾਲ ਕੰਟਰੋਲ ਰੇਟ 'ਤੇ ਵੇਚਾਂ ਸਿਰਫ ਉਹਨਾਂ ਦਾ 25% ਮੁਨਾਫਾ ਜਿਹੜਾ ਹੈਗਾ ਕਿਸੇ ਵੀ ਚੀਜ਼ ਦਾ ਉਹ DC ਸਾਹਿਬ ਨੇ ਨਿਰਧਾਰਿਤ ਕੀਤਾ ਸੀ ਵੀ ਜਿਹੜੀ ਹੋਲਸੇਲ ਦੇ ਵਿੱਚ ਕੋਈ ਆਪਾਂ ਨੂੰ ਚੀਜ਼ ਆਉਂਦੀ ਆ ਉਹਦੇ ਤੋਂ 25% ਪਲੱਸ ਕਰਕੇ ਉਹ ਚੀਜ਼ਾਂ ਵੇਚ ਸਕਦਾ ਭਾਵੇਂ ਉਹ ਸੁੱਕਾ ਰਾਸ਼ਨ ਹੋਵੇ ਸਬਜ਼ੀ ਹੋਵੇ ਜਾਂ ਫਰੂਟ ਹੋਣ ਕੁਛ ਵੀ ਹੋਵੇ ਸਰ ਇੱਕ ਸਭ ਮੇਨ ਚੀਜ਼ ਦੇਖਣ ਨੂੰ ਆ ਰਹੀ ਹੈ ਕਿ ਬਹੁਤ ਜ਼ਿਆਦਾ ਲੋਕ ਜਿਹੜੇ ਹੈ ਕਿਸੇ ਸੋਸ਼ਲ ਮੀਡੀਆ ਨਾਲ ਅਟੈਚ ਨਹੀਂ ਹੈ ਵਟਸਐਪ ਨਾਲ ਅਟੈਚ ਨਹੀਂ ਹੈ ਫੇਸਬੁੱਕ ਨਾਲ ਅਟੈਚ ਨਹੀਂ ਹੈ ਜਿਹੜਾ ਨੰਬਰ ਆਪਾਂ ਦਿੰਦੇ ਹਾਂ ਵੀ ਹੋਮ ਡਿਲੀਵਰੀ ਚੱਲਦੀ ਹੈ ਲੋਕਾਂ ਨੂੰ ਇਹਦੇ ਬਾਰੇ ਬਹੁਤ ਜ਼ਿਆਦਾ ਨੌਲੇਜ ਨਹੀਂ ਅੱਜ ਅਸੀਂ ਇੱਕ ਘੰਟਾ ਜਿਹੜਾ ਰੇਲਵੇ ਰੋਡ 'ਤੇ ਲਾਇਆ ਜ਼ਿਆਦਾਤਰ ਲੋਕ ਜਿਹੜੇ ਉੱਥੇ ਸਮਾਨ ਖਰੀਦਣ ਆ ਰਹੇ ਨੇ ਉਹ ਕਹਿੰਦੇ ਸਾਨੂੰ ਇਹਦੇ ਬਾਰੇ ਕੋਈ ਨੌਲੇਜ ਨਹੀਂ ਹੈ ਨਾ ਸਾਡੇ ਕੋਈ ਘਰ ਤੱਕ ਕੋਈ ਐਸਾ ਰਾਸ਼ਨ ਪਹੁੰਚਦਾ ਇਸ ਕੰਟੈਕਸਟ ਦੇ ਵਿੱਚ ਅਸੀਂ ਪਹਿਲਾਂ ਵੀ ਪ੍ਰਸ਼ਾਸਨ ਨੇ ਵੀ SDM ਸਾਹਿਬ ਨੇ ਵੀ ਅਖਬਾਰ ਦੇ ਵਿੱਚ ਉਹ ਜਾਰੀ ਕੀਤੀ ਸੀ ਹਦਾਇਤਾਂ ਵੀ ਜਾਰੀ ਕੀਤੀਆਂ ਸੀਗੀਆਂ ਔਰ ਪਹਿਲਾਂ ਵੀ ਮੈਂ ਵੀ ਕਿਹਾ ਸੀਗਾ ਔਰ ਪੂਰਾ ਜਿਹੜਾ ਇੱਕ ਕਾਗਜ਼ ਜਿਹਦੇ ਵਿੱਚ ਲਿਖਿਆ ਸੀਗਾ ਵੀ ਕਿਹੜੇ ਕਿਹੜੇ ਮਤਲਬ ਸਾਡੀਆਂ ਜਿਹੜੀਆਂ ਮਤਲਬ ਦੁਕਾਨਾਂ ਨੇ ਜਿਹਨਾਂ ਨੂੰ ਅਸੀਂ ਪਰਮਿਟ ਦਿੱਤੇ ਹੋਏ ਆ ਔਰ ਉਹ ਦੁਕਾਨਾਂ ਦੇ ਉੱਤੋਂ ਉਹਨਾਂ ਦੇ ਫੋਨ ਨੰਬਰ ਵਗੈਰਾ ਅਸੀਂ ਜਾਰੀ ਕੀਤੇ ਸੀਗੇ ਔਰ ਉਹਨਾਂ ਦੁਕਾਨਾਂ ਦੇ ਉੱਤੇ ਫੋਨ ਕਰਕੇ ਕੋਈ ਵੀ ਚੀਜ਼ ਜਿਹੜੀ ਘਰੇ ਮੰਗਵਾ ਸਕਦੇ ਆ ਔਰ ਜਿਹੜੇ ਮਤਲਬ ਦੁਕਾਨਦਾਰ ਭਾਵੇਂ ਉਹ ਕੈਮਿਸਟ ਆ ਭਾਵੇਂ ਉਹ ਸਬਜ਼ੀ ਵਿਕਰੇਤਾ ਜਾਂ ਕੋਈ ਵੀ ਹੈਗਾ ਉਹਨਾਂ ਦੀ ਡਿਊਟੀ ਆ ਉਹਨਾਂ ਨੂੰ ਬਾਊਂਡ ਕੀਤਾ ਹੋਇਆ ਸੀ ਕਿ ਉਹਨਾਂ ਨੇ ਜੋ ਵੀ ਸਮਾਨ ਉਹਨਾਂ ਨੇ ਮੰਗਣਾ ਲੋਕਾਂ ਨੇ ਉਹਨਾਂ ਨੇ ਘਰਾਂ ਦੇ ਵਿੱਚ ਜਾ ਕੇ ਪਹੁੰਚਾਉਣਾ ਹੈਗਾ ਸਰ ਪਬਲਿਕ ਤੱਕ ਜਿਹੜਾ ਸਰਕਾਰੀ ਰਾਸ਼ਨ ਹੈ ਉਹ ਕਦੋਂ ਤੱਕ ਪਹੁੰਚ ਜਾਏਗਾ ਸਰਕਾਰੀ ਰਾਸ਼ਨ ਜਿਹੜਾ ਉਹ ਜਿਵੇਂ ਜਿਵੇਂ ਸਾਨੂੰ ਆ ਰਿਹਾ ਹੈਗਾ ਉਹ ਅਸੀਂ ਉਸੇ ਢੰਗ ਦੇ ਨਾਲ ਡਿਸਟ੍ਰੀਬਿਊਟ ਕਰੀ ਜਾ ਰਹੇ ਹਾਂ ਉਹਦੇ ਵਾਸਤੇ ਜਿਹੜੇ ਸ਼ਹਿਰ ਆ ਨਗਰ ਕੌਂਸਲਾਂ ਹੈਗੀਆਂ ਉਹਨਾਂ ਦੇ ਵਿੱਚ ਈਓ ਦੀ ਡਿਊਟੀ ਲਾਈ ਹੋਈ ਡਿਸਟ੍ਰੀਬਿਊਸ਼ਨ ਵਾਸਤੇ ਔਰ ਜਿਹੜੇ ਪਿੰਡ ਆ ਉਹਨਾਂ ਦੇ ਵਿੱਚ BDPO ਆਪਣੇ ਸੈਕਟਰੀਆਂ ਦੇ ਨੂੰ ਨਾਲ ਲੈ ਕੇ ਉਹ ਡਿਸਟ੍ਰੀਬਿਊਸ਼ਨ ਜਿਹੜਾ ਉਹ ਕਰ ਰਿਹਾ ਜ਼ਿਕਰੇ ਖਾਸ ਹੈ ਕਿ ਇਸ ਪ੍ਰੈਸ ਕਾਨਫਰੰਸ ਦੇ ਦੌਰਾਨ ਉਹਨਾਂ ਨੇ ਇਹ ਵੀ ਗੱਲ ਸਾਂਝੀ ਕੀਤੀ ਕਿ ਇੱਕ ਨਿੱਜੀ ਸਕੂਲ ਨੂੰ ਅਸਥਾਈ ਜੇਲ੍ਹ ਬਣਾਉਣ ਦਾ ਪ੍ਰਸਤਾਵ ਭੇਜਿਆ ਗਿਆ ਹੈ ਜਿਵੇਂ ਹੀ ਉਸ ਨੂੰ ਮਨਜ਼ੂਰੀ ਮਿਲਦੀ ਹੈ ਤਾਂ ਉਸ ਸਕੂਲ ਨੂੰ ਅਸਥਾਈ ਜੇਲ੍ਹ ਬਣਾ ਕੇ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਜਾਵੇਗਾ ਪੁਲਿਸ ਅਥਾਰਟੀਜ਼ ਵੱਲੋਂ ਜਿਹੜੀ ਏਰੀਆ ਆਈਡੈਂਟੀਫਾਈ ਕੀਤਾ ਗਿਆ ਉਹ ਸਰਕਾਰੂ ਮੱਲ ਸਕੂਲ ਹੈ ਇਹ ਇਹਦਾ ਬਣਾ ਕੇ ਰਿਪੋਰਟ ਅਸੀਂ DC ਨੂੰ ਭੇਜ ਦਾਂਗੇ ਐਜ਼ ਅ ਡਿਸਟ੍ਰਿਕਟ ਮੈਜਿਸਟ੍ਰੇਟ ਉਹ ਆਰਡਰ ਕਰਨਗੇ ਇਹਨੂੰ ਸਰਕਾਰੀ ਜੇਲ੍ਹ ਬਣਾਉਣ ਲਈ ਕਿਉਂਕਿ ਦੇਖਿਆ ਜਾ ਰਿਹਾ ਹਜੇ ਤੱਕ ਨਾ ਕਰਫਿਊ ਦੀ ਲੋਕ ਪਾਲਣਾ ਨਹੀਂ ਕਰ ਪਾ ਰਹੇ ਕਿਉਂਕਿ ਜਾਂ ਤਾਂ ਉਹਨਾਂ ਨੂੰ ਪਤਾ ਨਹੀਂ ਹੈ ਜਾਂ ਜਾਣੇ ਅਣਜਾਣੇ ਕੁਛ ਨਾ ਕੁਛ ਵੈਸੇ ਹੀ ਹੁੱਲੜਬਾਜ਼ੀ ਕਰਦੇ ਬਾਹਰ ਨਿਕਲ ਆਉਂਦੇ ਨੇ ਪੁਲਿਸ ਪ੍ਰਸ਼ਾਸਨ ਆਪਣੇ ਵੱਲੋਂ ਜ਼ੋਰ ਵੀ ਲਗਾ ਰਹੇ ਮੇਰੀ ਤੁਹਾਡੇ ਮਾਧਿਅਮ ਨਾਲ ਲੋਕਾਂ ਨੂੰ ਇਹੀ ਅਪੀਲ ਹੈ ਕਿ ਇਹ ਕਰਫਿਊ ਲਾਅ ਐਂਡ ਆਰਡਰ ਦਾ ਕਰਫਿਊ ਨਹੀਂ ਹੈ ਜਿਹ 'ਚ ਫੋਰਸ ਦਾ ਇਸਤੇਮਾਲ ਕੀਤਾ ਜਾਏ ਪੁਲਿਸ ਬੇਨਤੀ ਕਰ ਰਹੀ ਤੁਹਾਨੂੰ ਅਸੀਂ ਵੀ ਤੁਹਾਨੂੰ ਬੇਨਤੀ ਕਰ ਰਹੇ ਹਾਂ ਕਿ ਇਹ ਤੁਹਾਡੀ ਆਪਣੀ ਸਹੂਲਤ ਆਪਣੀ ਬਚਾਵ ਲਈ ਇਸ ਮਹਾਂਮਾਰੀ ਤੋਂ ਬਚਣ ਲਈ ਆਈਸੋਲੇਟ ਕਰਨ ਲਈ ਕਰਫਿਊ ਲਾਇਆ ਗਿਆ ਹੈ ਇਹ ਵੀ ਦੇਖਣ 'ਚ ਆਇਆ ਸਾਰੇ ਥਾਂ 'ਤੇ ਪੁਲਿਸ ਦੀ ਸਰਾਹਣਾ ਕੀਤੀ ਜਾ ਰਹੀ ਹੈ ਕਿ ਪੁਲਿਸ ਨੇ ਇੱਕ ਬੜਾ ਮਾਡਰਨ ਸੋਸ਼ਲ ਫੇਸ ਆਪਣਾ ਪ੍ਰਸਤੁਤ ਕੀਤਾ ਅਤੇ ਮੇਰੀ ਸਾਰੇ ਤੁਹਾਡੇ ਥਰੂ ਸਾਰਿਆਂ ਨੂੰ ਬੇਨਤੀ ਇਹੀ ਹੈ ਕਿ ਅਸੀਂ ਇਸ ਫੇਸ ਨੂੰ ਪ੍ਰਵਾਨ ਕਰੀਏ ਅਤੇ ਅਸੀਂ ਆਪਣੇ ਆਪਣੇ ਘਰਾਂ 'ਚ ਰਹਿ ਕੇ ਕਰਫਿਊ ਦੀ ਪਾਲਣਾ ਕਰੀਏ ਅਜੇ ਸਭ ਇੱਕ ਛੋਟਾ ਜਿਹਾ ਹੋਰ ਹੈ ਇੱਕ ਜਿਵੇਂ ਜਿਹੜੇ ਪਾਸ ਇਸ਼ੂ ਹੋਏ ਨੇ ਇੱਕ ਸਮੁਦਾਇ ਇੱਕ ਜਿਵੇਂ DFS ਵੱਲੋਂ ਜਾਂ ਹੋਰ ਹੈ 3500 ਦੇ ਕਰੀਬ ਤੋਂ ਉੱਥੋਂ ਹੀ ਜਿਹੜਾ ਹੈ ਉਹ ਐਸੇ ਲੋਕਾਂ ਨੂੰ ਪਾਸ ਦਿੱਤਾ ਗਿਆ ਜਿਹੜੇ ਸਕੂਟਰੀਆਂ ਉੱਪਰ ਪਾਸ ਲਾਈ ਬੈਠੇ ਨੇ ਔਰ ਗਲਤ ਕੰਮ ਜਿਹੜਾ ਹੈ ਉਹ ਪਹਿਲਾਂ ਵੀ ਕਰ ਰਹੇ ਸੀ ਪਾਸਿਸ ਦਾ ਇੱਦਾਂ ਹੈ ਕਿ ਵੀ ਸਾਨੂੰ ਜੋ ਹੋਮ ਡਿਲੀਵਰੀ ਲਈ ਖੰਨੇ 'ਚ ਮੈਂ ਤੁਹਾਨੂੰ ਦੱਸ ਸਕਦਾ ਕਿ ਖੰਨੇ 'ਚ 245 ਕਰਿਆਨੇ ਦੀ ਦੁਕਾਨਾਂ ਨੂੰ ਪਾਸ ਦਿੱਤਾ ਗਿਆ ਹੈ ਅਤੇ ਕੈਮਿਸਟ ਦਾ 129 ਨੂੰ ਦਿੱਤਾ ਗਿਆ ਹੈ ਫੂਡ ਸਪਲਾਈ ਡਿਪਾਰਟਮੈਂਟ ਨੂੰ ਇਹ ਹਦਾਇਤ ਹੈ ਕਿ ਜੋ ਵੀ ਬੰਦਾ ਹੋਮ ਡਿਲੀਵਰੀ ਪਾਸ ਨਾ ਪੁਲਿਸ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਉਹਦਾ ਨਜਾਇਜ਼ ਇਸਤੇਮਾਲ ਕਰੇਗਾ ਉਹਦਾ ਇਸ ਲਿਸਟ 'ਚੋਂ ਵੇਚਣ ਦੀ ਲਾਇਸੈਂਸ ਬੰਦ ਕਰ ਦਿੱਤਾ ਜਾਏਗਾ ਤਾਂ ਪਾਸ ਵਾਪਸ ਲੈ ਲਿਆ ਜਾਏਗਾ ਖੰਨਾ ਤੋਂ ਸੰਜੇ ਸੈਣੀ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ TV NRI